ਅਸੀਂ ਆਪਣੀ ਦਸਤਾਰ ਦੇ ਨਾਲ ਕੋਈ ਵੀ ਇੱਦਾਂ ਦਾ ਕੰਟੈਂਟ ਨਹੀਂ ਕ੍ਰੀਏਟ ਕੀਤਾ ਜਿਹਦੇ ਕਰਕੇ ਤੁਹਾਨੂੰ ਇੱਦਾਂ ਹੋਵੇ ਕਿ ਯਾਰ ਮੈਨੂੰ ਤਾਂ ਫੇਮ ਚਾਹੀਦਾ, ਮੈਨੂੰ ਵਿਊਜ਼ ਚਾਹੀਦੇ ਆ ਜਾਂ ਮੈਨੂੰ ਪੈਸਾ ਚਾਹੀਦਾ। ਪਰ ਮੈਂ ਉਹ ਕਰਦਾ ਹੀ ਨਹੀਂ ਗਾ ਬਿਕੋਜ਼ ਉਹਨਾਂ ਚੀਜ਼ਾਂ ਵਿੱਚ ਕੀ ਲੈਣਾ, ਤੋਂ ਲੋਕ ਦੇਖ ਰਹੇ ਨੇ, ਅੱਜ ਚਾਰ ਲੋਕ ਜਾਣਦੇ ਨੇ, ਉਹੀ ਗਾਲਾਂ ਕੱਢਣਗੇ ਮੁੜ ਕੇ, ਕੀ ਫਾਇਦਾ ਉਹਨਾਂ ਚੀਜ਼ਾਂ। ਮੈਂ ਹੁਣ ਵੀਡੀਓ 'ਤੇ ਵੀ ਆਪਣੇ 'ਤੇ ਮੈਂ ਬਹੁਤ ਚੇਂਜ ਲਿਆਉਂਦਾ, ਮਤਲਬ ਕਿ ਮੈਂ ਖਰਚਾ ਕਰ ਰਿਹਾ ਵਾਂ ਆਪਣੀ ਵੀਡੀਓ 'ਤੇ ਬਹੁਤ ਜ਼ਿਆਦਾ। ਉਹ ਕਿਰਾਏ ਦੀ ਚੀਜ਼ ਲਿਆਉਣੀ, ਜਿਵੇਂ ਮਤਲਬ ਕਿ ਆਪਣੀ ਚੀਜ਼ ਲਿਆ ਕੇ ਉਹ ਚੀਜ਼ ਨੂੰ ਅਤੇ ਪ੍ਰੋਪਰ ਮਤਲਬ ਕਿ ਪੋਸਟ ਕਰਦਾ ਵਾਂ। ਚੰਨੀ ਭਾਈ, ਜਦੋਂ ਪਹਿਲੀ ਫਿਲਮ ਤੁਸੀਂ ਕੀਤੀ ਸੀਗੀ ਨਾ, ਉਸ ਟਾਈਮ ਬੰਦਾ ਮਜ਼ਬੂਤ ਹੋ ਜਾਂਦਾ ਕਿ ਚੱਲ ਯਾਰ ਹੁਣ ਆਪਣੇ ਕੋਲ ਕੰਮ ਆਉਣਾ ਸ਼ੁਰੂ ਹੋ ਜਾਊਗਾ, ਹੈ ਨਾ, ਵੀ ਲੋਕ ਕਿਤੇ ਨਾ ਕਿਤੇ ਸਾਡਾ ਸਾਥ ਦੇਣਗੇ। ਅਕੋਰਡਿੰਗ ਟੂ ਮੀ ਮੈਨੂੰ ਹਜੇ ਮਿਹਨਤ ਦੀ ਬਹੁਤ ਜ਼ਿਆਦਾ ਲੋੜ ਆ ਹਜੇ, ਅਤੇ ਮੈਂ ਤਾਂ ਕਰਕੇ ਮੈਨੂੰ ਔਫਰ ਆਈ ਸੀਗੀ, ਇਸ ਤੋਂ ਬਾਅਦ ਦੋ ਤਿੰਨ ਚੀਜ਼ਾਂ ਦੀ ਔਫਰ ਆਈ ਸੀਗੀ, ਕੁਛ ਕੁ ਮੈਂ ਇੱਕ ਦੋ ਆਪ ਹੀ ਨਹੀਂ ਅਕਸੈਪਟ ਕੀਤੇ ਗਏ, ਅਤੇ ਮੈਨੂੰ ਇੱਦਾਂ ਲੱਗ ਰਿਹਾ ਵੀ ਮੈਨੂੰ ਹੋਰ ਮਿਹਨਤ ਦੀ ਲੋੜ ਆ ਤਾਂ ਕਰਕੇ। ਚੰਨੀ ਹੁਣ ਕਿੰਨਾ ਕੁ ਮਤਲਬ ਕਿ ਕਿੰਨਾ ਕੁ ਮਹੀਨੇ ਮਹੀਨਾ ਜੇ ਆਪਾਂ ਅੰਦਾਜ਼ਾ ਲਾਈਏ ਵੀਡੀਓ ਤੋਂ, ਤੁਹਾਨੂੰ ਕਿੰਨਾ ਕੁ ਚੰਨੀ ਨੂੰ ਬਚ ਜਾਂਦਾ ਆ, ਚੰਨੀ ਕਿੰਨਾ ਕਮਾ ਲੈਂਦਾ ਆ, ਮੈਨੂੰ ਬੜਾ ਇਹ ਗੱਲ। ਉਹ ਨਹੀਂ, ਗੁਜ਼ਾਰਾ ਹੋ ਜਾਂਦਾ ਬਸ, ਉਹ ਇੰਨਾ ਲੰਮਾ ਜੋੜਾ ਕਿਤੇ ਰੱਬ ਰੱਖੇ ਰਹਿਣਾ ਪੈਂਦਾ ਜੀ, ਆਪਣਾ ਬਾਹਲਾ ਲੰਮਾ ਜੋੜਾ ਹੱਥ ਪਾਉਣ ਦੀ ਉਹ ਨਹੀਂ, ਦਾਲ ਫੁਲਕਾ ਵਧੀਆ ਚੱਲ ਜਾਂਦਾ। ਹਾਂ ਵਧੀਆ ਚੱਲ ਜਾਂਦਾ, ਆਪਾਂ ਖੁਸ਼ ਹੋ ਜਾਈਦਾ ਬਸ। ਹੋਰ ਮੈਨੂੰ ਨਾ ਅਕਸਰ ਕਹਿੰਦੇ ਰਹਿੰਦੇ ਨੇ ਮੈਂ ਵੀ ਤੁਹਾਡੀ ਦਲਜੀਤ ਨਾਲ ਫਿਲਮ ਆਵੇ ਕਿਸੇ ਫਲਾਣੇ ਨਾਲ, ਮੈਂ ਇੱਦਾਂ ਨਹੀਂ, ਸਾਰੇ ਵਧੀਆ ਨੇ ਆਲਮੋਸਟ, ਮਤਲਬ ਕਿ ਵੱਡੇ ਆਰਟਿਸਟ ਨੇ, ਮੈਨੂੰ ਇੱਦਾਂ ਵਾ, ਮੈਨੂੰ ਐਂ ਨਹੀਂ ਗਾ ਵੀ ਮੈਂ ਉਹਦੇ ਨਾਲ ਫਿਲਮ ਆਊ, ਮੈਨੂੰ ਐਂ ਵੀ ਮੇਰਾ ਕੰਮ ਵਧੀਆ ਨਿਕਲ ਕੇ ਆਵੇ। ਤਾਂ ਮੇਰੇ ਨਾਲ ਚੰਨੀ ਵੀਰਾ ਬੈਠਿਆ, ਆਪਾਂ ਗੱਲਾਂ ਕਰਦੇ ਹਾਂ। ਚੰਨੀ ਵੀਰੇ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਤੁਹਾਡੀ ਪਿਛਲੀ ਫਿਲਮ ਲਈ। ਹਾਂਜੀ, ਬਹੁਤ ਬਹੁਤ ਮੁਬਾਰਕਾਂ ਤੁਹਾਡਾ, ਧੰਨਵਾਦ ਜੀ। ਲੋਕਾਂ ਨੇ ਪਿਆਰ ਦਿੱਤਾ ਉਸ ਕਿਰਦਾਰ ਨੂੰ ਵੀ, ਇੱਕ ਜੋਗੇ ਦਾ ਕਿਰਦਾਰ ਸੀ ਮੇਰੇ ਫਿਲਮ ਦੇ ਵਿੱਚ, ਬਹੁਤ ਬਹੁਤ। ਇਹ ਅੱਜ ਗੱਲ ਪਤਾ ਮੈਂ ਕਿਉਂ ਕਰ ਰਿਹਾ ਤੁਹਾਡੇ ਨਾਲ, ਮੈਨੂੰ ਐਂ ਲੱਗਦਾ ਕਿ ਬਾਈ ਯਾਰ ਜਿੱਦਾਂ ਤੁਸੀਂ ਰੀਲਾਂ ਬਣਾਉਂਦੇ ਹੋ ਨਾ, ਜਿਵੇਂ ਦਾ ਦੇਸੀ ਅੰਦਾਜ਼ ਤੁਸੀਂ ਨਾਲ ਲੈ ਕੇ ਤੁਰਦੇ ਹੋ ਬਾਈ, ਕਈ ਲੋਕ ਤਾਂ ਸ਼ਰਮ ਕਰਕੇ ਨਾ ਲੋਕ ਕਰਦੇ ਨਹੀਂ, ਲੋਕ ਕਹਿੰਦੇ ਕਿ ਨਹੀਂ ਯਾਰ ਛੱਡ, ਲੋਕ ਗਾਲਾਂ ਕੱਢਦੇ ਆ ਕਮੈਂਟਾਂ 'ਚ, ਆਪਾਂ ਕਿਉਂ ਅੱਗੇ ਕਰਨਾ। ਚੰਨੀ ਬਾਈ, ਇਸ ਚੀਜ਼ ਦੀ ਬਹੁਤ ਤੁਹਾਨੂੰ ਮੁਬਾਰਕ ਆ ਕਿ ਤੁਸੀਂ ਸਾਰੀ ਚੀਜ਼ਾਂ ਨੂੰ ਛੱਡ ਕੇ ਤੁਸੀਂ ਆਪਣੇ ਆਪ 'ਤੇ ਫੋਕਸ ਕਰ ਰਹੇ ਹੋ। ਮਾੜਾ ਚੰਗਾ ਕੁਛ ਨਹੀਂ ਹੁੰਦਾ ਬਾਈ, ਪਰ ਤੁਹਾਨੂੰ ਐਵੇਂ ਲੱਗਦਾ ਕਿ ਯਾਰ ਮਿਹਨਤ ਕਰ ਰਹੇ ਹੋ, ਕਦੀ ਨਾ ਕਦੀ ਰੱਬ ਸੁਣੂਗਾ। ਹਾਂਜੀ ਹਾਂਜੀ, ਇਹ ਤਾਂ ਗੱਲ ਹੈਗੀ ਜੀ, ਮੈਂ ਹੁਣ ਵੀਡੀਓ 'ਤੇ ਵੀ ਆਪਣੇ 'ਤੇ ਮੈਂ ਬਹੁਤ ਚੇਂਜ ਲਿਆਉਂਦਾ, ਮਤਲਬ ਕਿ ਮੈਂ ਖਰਚਾ ਕਰ ਰਿਹਾ ਮੈਂ ਆਪਣੀ ਵੀਡੀਓ 'ਤੇ ਬਹੁਤ ਜ਼ਿਆਦਾ। ਉਹ ਕਿਰਾਏ ਦੀ ਚੀਜ਼ ਲਿਆਉਣੀ, ਜਿਵੇਂ ਮਤਲਬ ਕਿ ਆਪਣੀ ਚੀਜ਼ ਲਿਆ ਕੇ ਉਹ ਚੀਜ਼ ਨੂੰ ਅਤੇ ਪ੍ਰੋਪਰ ਮਤਲਬ ਕਿ ਪੋਸਟ ਕਰਦਾ ਵਾਂ, ਖਰਚਾ ਕਰ ਰਿਹਾ ਮੈਂ ਵੀਡੀਓ 'ਤੇ ਹੁਣ ਆਪਣੀ 'ਤੇ ਬਾਈ। ਚੰਨੀ ਬਾਈ, ਜਦੋਂ ਪਹਿਲੀ ਫਿਲਮ ਤੁਸੀਂ ਕੀਤੀ ਸੀਗੀ ਨਾ, ਉਸ ਟਾਈਮ ਬੰਦਾ ਮਜ਼ਬੂਤ ਹੋ ਜਾਂਦਾ ਕਿ ਚੱਲ ਯਾਰ ਹੁਣ ਆਪਣੇ ਕੋਲ ਕੰਮ ਆਉਣਾ ਸ਼ੁਰੂ ਹੋ ਜਾਊਗਾ, ਹੈ ਨਾ, ਵੀ ਲੋਕ ਕਿਤੇ ਨਾ ਕਿਤੇ ਸਾਡਾ ਸਾਥ ਦੇਣਗੇ, ਪ੍ਰੋਡਿਊਸਰ ਹੋਵੇ ਭਾਵੇਂ ਕੋਈ ਵੀ ਬੰਦਾ ਹੋਵੇ। ਬਈ ਤੁਹਾਡੀ ਜ਼ਿੰਦਗੀ 'ਚ ਇਸ ਚੀਜ਼ ਦੀ ਬਹੁਤ ਕਮੀ ਰਹੀ ਆ ਸਾਥ ਦੀ? ਨਹੀਂ, ਉਹ ਇੱਦਾਂ ਮੇਰੇ ਹਿਸਾਬ ਨਾਲ ਅਕੋਰਡਿੰਗ ਟੂ ਮੀ ਮੈਨੂੰ ਹਜੇ ਮਿਹਨਤ ਦੀ ਬਹੁਤ ਜ਼ਿਆਦਾ ਲੋੜ ਆ ਹਜੇ, ਅਤੇ ਮੈਂ ਤਾਂ ਕਰਕੇ ਮੈਨੂੰ ਔਫਰ ਆਈ ਸੀਗੀ, ਇਸ ਤੋਂ ਬਾਅਦ ਦੋ ਤਿੰਨ ਚੀਜ਼ਾਂ ਦੀ ਔਫਰ ਆਈ ਸੀਗੀ, ਕੁਛ ਕੁ ਮੈਂ ਇੱਕ ਦੋ ਆਪ ਹੀ ਨਹੀਂ ਅਕਸੈਪਟ ਕੀਤੇ ਗਏ, ਅਤੇ ਮੈਨੂੰ ਇੱਦਾਂ ਲੱਗ ਰਿਹਾ ਵੀ ਮੈਨੂੰ ਹੋਰ ਮਿਹਨਤ ਦੀ ਲੋੜ ਆ ਤਾਂ ਕਰਕੇ ਜੀ ਇਸ ਚੀਜ਼ ਨੂੰ। ਬਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ, ਕਿਉਂਕਿ ਨਾ ਇਨਸਾਨ ਨੂੰ ਆਪਣੇ ਅੰਦਰ ਦੇ ਪਤਾ ਨਹੀਂ ਹੁੰਦਾ ਕਿ ਬਈ ਸਾਡੇ 'ਚ ਕੋਈ ਕਮੀ ਆ, ਪਰ ਤੁਸੀਂ ਇਹ ਚੀਜ਼ ਦਾ ਯੂਨੋ, ਮੈਨੂੰ ਬੜਾ ਵਧੀਆ ਲੱਗਿਆ ਸੁਣ ਕੇ ਜਦੋਂ ਤੁਸੀਂ ਇਹ ਚੀਜ਼ ਕਹਿ ਰਹੇ ਹੋ ਕਿ ਮੈਨੂੰ ਮਿਹਨਤ ਦੀ ਲੋੜ ਆ, ਵੀ ਦੂਸਰੇ 'ਚ ਕੋਈ ਕਮੀ ਨਹੀਂ। ਹਾਂਜੀ, ਨਹੀਂ ਮਿਹਨਤ ਤਾਂ ਆਲਮੋਸਟ ਕੋਈ ਵੀ ਖੇਤਰ ਆ, ਕੋਈ ਵੀ ਕਿਰਦਾਰ ਆ, ਮਤਲਬ ਕਿ ਕੋਈ ਵੀ ਕੰਮ ਆ, ਫੀਲਡ ਆ, ਉਹਦੇ 'ਚ ਮਿਹਨਤ ਹੀ ਸਭ ਤੋਂ ਅੱਗੇ ਆਉਂਦੀ ਆ। ਮੈਂ ਤਾਂ ਕਰਕੇ ਮਿਹਨਤ ਦੇ ਉੱਤੇ ਹੁਣ ਬਹੁਤ ਜ਼ੋਰ ਲਾ ਰਿਹਾ ਆਪਣਾ, ਜਿੱਦਾਂ ਜਿੰਨਾ ਹੋ ਸਕਦਾ। ਹੁਣ ਚੰਨੀ ਕਿੰਨਾ ਖਰਚਾ ਕਰ ਰਿਹਾ ਆਪਣੀ ਵੀਡੀਓ 'ਤੇ, ਕੀ ਹੁਣ ਚੰਨੀ ਨੇ ਲਿਆ ਆ? ਉਹ ਫਿਲਮ ਉਹ ਕਰਦਾ ਮਤਲਬ ਕਿ ਵੀਡੀਓ 'ਤੇ ਡਿਪੈਂਡ ਕਰਦਾ ਜੀ ਕਿੱਦਾਂ ਵਾ, ਤਾਂ ਕਰਕੇ ਜੀ ਮੈਂ ਹੁਣ ਵੀਡੀਓ 'ਚ ਤੁਸੀਂ ਦੇਖਿਆ ਹੁਣ ਚੇਂਜਸ ਆ ਰਹੇ ਨੇ, ਮਤਲਬ ਕਿ ਉਹ ਕਿਰਦਾਰ ਮਤਲਬ ਕਿ ਤਾਂ ਕਰਕੇ। ਵਾਹ, ਸਾਈਕਲ 'ਤੇ ਬਈ ਇੱਕ ਨਾ ਪਿੰਡਾਂ ਵਾਲੇ ਲੋਕਾਂ 'ਚ ਨਾ ਇਹ ਖਾਸ ਗੱਲ ਹੁੰਦੀ ਹੈ ਕਿ ਉਹਨਾਂ ਉਹਨਾਂ ਜਿਹੜਾ ਅੰਦਾਜ਼ ਹੁੰਦਾ ਪੂਰਾ ਦੇਸੀ ਹੁੰਦਾ, ਉਹ ਆਪਣੇ ਦੇਸੀ ਅੰਦਾਜ਼ ਨੂੰ ਜੇ ਫਨੀ 'ਚ ਕਨਵਰਟ ਕਰ ਦਿੰਦਾ ਤਾਂ ਮੇਰੇ ਖਿਆਲ ਤੋਂ ਜਿੰਨਾ ਲੋਕ ਉਹਨਾਂ ਨੂੰ ਦੇਖ ਕੇ ਹੱਸਦੇ ਆ ਉਹਨਾਂ ਸ਼ਾਇਦ ਫਿਲਮਾਂ 'ਚ ਵੀ ਨਹੀਂ ਹੱਸਦੇ। ਹਾਂਜੀ ਹਾਂਜੀ, ਇਹ ਤਾਂ ਹੈ ਜੀ, ਉਹ ਦੇਸੀ ਅੰਦਾਜ਼ ਵੀ ਮਤਲਬ ਕਿ ਇੱਕ ਹੋਣਾ ਜ਼ਰੂਰੀ ਹੈ, ਕਿਉਂਕਿ ਸ਼ਾਇਦ ਮੇਰੇ ਹਿਸਾਬ ਨਾਲ ਲੋਕ ਉਸ ਚੀਜ਼ ਕਰਕੇ ਨਾਲ ਮੇਰੇ ਜੁੜੇ ਹੋਏ ਨੇ, ਜਾਂ ਮੈਨੂੰ ਪਿਆਰ ਕਰਦੇ ਨੇ, ਜਾਂ ਮੈਨੂੰ ਪਹਿਚਾਣ ਲੈਂਦੇ ਨੇ ਝੱਟ, ਉਹ ਅੱਛਾ ਲੱਗਦਾ, ਚੰਗਾ ਲੱਗਦਾ, ਮੈਨੂੰ ਖੁਦ ਨੂੰ ਵੀ ਚੰਗਾ ਲੱਗਦਾ, ਬਿਕੋਜ਼ ਉਹ ਇੱਕ ਫੈਮਿਲੀ ਦੇ ਵਿੱਚ ਬਹਿ ਕੇ ਦੇਖਣ ਨਾਲ ਹੋ ਜਾਂਦਾ ਵਾ ਨਾ, ਕਿ ਆਪਣੇ ਭੈਣ ਭਰਾ ਦੇ ਨਾਲ, ਮਤਲਬ ਮੋਬਾਈਲ ਖੋਲੂਗਾ ਮੇਰੀ ਵੀਡੀਓ ਆ ਜਾਏਗੀ, ਕੋਈ ਚੱਕਰ ਨਹੀਂ ਇੱਦਾਂ ਦੀ, ਮਤਲਬ ਕਿ ਉਹ ਸਾਰਾ ਕੁਛ ਇੱਕ ਦੇਸੀ ਆ, ਮਤਲਬ ਕਿ ਫੈਮਿਲੀ ਵਜੋਂ ਦੇਖਣ ਨਾਲ। ਸੰਨੀ ਭਾਈ, ਮੈਨੂੰ ਥੋੜ੍ਹੀ ਬਹੁਤ ਵਧੀਆ ਲੱਗਦੀ ਹੈ ਕਿ ਜਦੋਂ ਨਾ ਜ਼ਿੰਦਗੀ 'ਚ ਤੁਸੀਂ ਜੇ ਕੰਮ ਕਰਦੇ ਹੋ ਨਾ, ਮਤਲਬ ਕਿ ਆਪਾਂ ਬਹੁਤ ਸਾਰਾ ਕੰਟੈਂਟ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ, ਕੋਈ ਸਿੱਖ ਇਨਸਾਨ ਹੋਊਗਾ ਨਾ, ਕੋਈ ਜਿਹਨੇ ਜਿਹੜਾ ਇਹਨੂੰ ਦਸਤਾਰ ਬੰਨਦਾ ਹੋਊਗਾ, ਕੋਈ ਵੀ ਸਰਦਾਰ ਹੈ ਨਾ, ਉਹ ਇਨਸਾਨ ਨਾ ਜਦੋਂ ਪੋਪੂਲਰ ਹੋਣ ਲੱਗਦਾ ਨਾ, ਫਿਰ ਉਹ ਕਿਤੇ ਨਾ ਇੱਦਾਂ ਦੀਆਂ ਹਰਕਤਾਂ ਵੀ ਕਰਦਾ ਜਿਹੜੀ ਉਹਦੇ ਕਿਰਦਾਰ ਨੂੰ ਸੂਟ ਨਹੀਂ ਕਰਦੀਆਂ, ਸਪੈਸ਼ਲ ਜੇ ਉਹ ਸਿੱਖ ਹੋਵੇ।
ਜੇ ਉਹ ਸਰਦਾਰ ਹੋਵੇ ਤਾਂ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋਈ ਕਿ ਤੁਸੀਂ ਆਪਣੀ ਦਸਤਾਰ ਦੇ ਨਾਲ ਕੋਈ ਵੀ ਇੱਦਾਂ ਦਾ ਕੰਟੈਂਟ ਨਹੀਂ ਕ੍ਰੀਏਟ ਕੀਤਾ ਜਿਹਦੇ ਕਰਕੇ ਤੁਹਾਨੂੰ ਇੱਦਾਂ ਹੋਵੇ ਕਿ ਯਾਰ ਮੈਨੂੰ ਤਾਂ ਫੇਮ ਚਾਹੀਦਾ, ਮੈਨੂੰ ਵਿਊਜ਼ ਚਾਹੀਦੇ ਆ ਜਾਂ ਮੈਨੂੰ ਪੈਸਾ ਚਾਹੀਦਾ, ਪਰ ਮੈਂ ਮੇਰੀ ਜਿਹੜੀ ਲਿਮਿਟ ਹੈਗੀ ਆ ਇਹ ਇੱਥੇ ਤੱਕ ਨਹੀਂ ਜਾਣੀ ਚਾਹੀਦੀ। ਨਹੀਂ ਇਹ ਤਾਂ ਮੈਂ ਪਹਿਲਾਂ ਬਹੁਤ ਸੋਚ ਸਮਝ ਕੇ ਕੁਛ ਚੀਜ਼ਾਂ ਇੱਦਾਂ ਹੁੰਦੀਆਂ ਮੈਂ ਮਤਲਬ ਕਿ ਵੀਡੀਓ ਗਾਣੇ ਵੀ ਇੱਦਾਂ ਦੇ ਹੁੰਦੇ ਨੇ ਮਤਲਬ ਕਿ ਉਹ ਥੋੜ੍ਹਾ ਜਿਹਾ ਡਰੱਗ ਦੇ ਰਿਲੇਟਡ ਹੁੰਦਾ, ਮੈਂ ਕਹੋ ਇੱਦਾਂ ਹੁੰਦਾ ਵੀ ਇਹ ਬਣਾਵਾਂ ਬਿਕੋਜ਼ ਇਹ ਥੋੜ੍ਹੀ ਚੀਜ਼ ਅਪ ਹਿੱਟ ਹੋ ਰਹੀ ਆ, ਪਰ ਮੈਂ ਉਹ ਕਰਦਾ ਹੀ ਨਹੀਂ ਗਾ ਬਿਕੋਜ਼ ਉਹਨਾਂ ਚੀਜ਼ਾਂ ਵਿੱਚ ਕੀ ਲੈਣਾ, ਬਿਕੋਜ਼ ਲੋਕ ਦੇਖ ਰਹੇ ਨੇ ਅੱਜ, ਚਾਰ ਲੋਕ ਜਾਣਦੇ ਨੇ ਉਹੀ ਗਾਲਾਂ ਕੱਢਣਗੇ ਮੁੜ ਕੇ ਕੀ ਫਾਇਦਾ ਉਹਨਾਂ ਚੀਜ਼ ਦਾ, ਹੈ ਨਾ ਜੀ। ਅੱਜ ਲੋਕ ਫੋਟੋਆਂ ਖਿਚਾ ਰਹੇ ਨੇ ਪਹਿਚਾਣਦੇ ਨੇ, ਮੁੜ ਕੇ ਉਹਨਾਂ ਦੇ ਚੇਂਜ ਹੋ ਜਾਣਾ ਕੀ ਫਾਇਦਾ ਉਹਨਾਂ ਚੀਜ਼। ਕਈ ਵਾਰੀ ਬਈ ਇਸ ਚੀਜ਼ ਦੀ ਅੰਦਰ ਮਹਿਸੂਸ ਹੁੰਦਾ ਕਿ ਯਾਰ ਘਰ ਕੱਚਾ ਆ, ਵੀ ਹਲੇ ਕੰਮ ਕਰ ਰਿਹਾ, ਪਤਾ ਨਹੀਂ ਰੱਬ ਕਦੋਂ ਮੇਰੀ ਕੰਮ 'ਚ ਹੈ ਨਾ ਬਰਕਤ ਪਾਊਗਾ, ਕਦੋਂ ਮੇਰੀ ਰੱਬ ਸੁਣੂਗਾ, ਜਦੋਂ ਮੇਰਾ ਘਰ ਪੱਕਾ ਹੋਊਗਾ, ਜਦੋਂ ਮੇਰਾ ਲੈਂਟਰ ਪਊਗਾ, ਜਦੋਂ ਮੇਰਾ ਨਵਾਂ ਘਰ ਹੋਊਗਾ, ਇਹ ਚੀਜ਼ ਨਹੀਂ ਸੋਚਦਾ ਹੁੰਦਾ ਹਰ ਰੋਜ਼ ਜਦੋਂ ਕੋਈ ਵੀਡੀਓ ਬਣਾਉਂਦਾ ਜਦੋਂ ਕੰਮ ਕਰਦਾ? ਉਹ ਇੱਦਾਂ ਤਾਂ ਮਿਹਨਤ ਦੀ ਹੈ ਸਾਰਾ ਕੁਛ ਜੀ, ਆਪਣਾ ਇੰਨਾ ਉਹਦੇ ਇੱਦਾਂ ਨਹੀਂ ਹੈਗਾ ਵੀ ਇਹਦੇ ਨਾਲ ਜੁੜ ਕੇ ਜਾਂ ਇੱਦਾਂ ਕਰਾਂਗੇ ਇੱਦਾਂ ਕਰਾਂਗੇ, ਉਹ ਚੀਜ਼ ਅਲੱਗ ਚੀਜ਼ ਹੈ, ਘਰ ਘਰ ਵਾਲੀ ਚੀਜ਼ ਅਲੱਗ ਆ। ਇਹ ਵੀਡੀਓ ਦਾ ਕੰਮ ਆ ਜਾਂ ਕਹਿ ਦਈਏ ਆਪਣਾ ਆਪਣਾ ਪੈਸ਼ਨ ਆ, ਮਤਲਬ ਕਹਿ ਦਈਏ ਫਿਲਮਾਂ ਦੇ ਵਿੱਚ ਆਉਣਾ ਜਾਂ ਗਾਣਿਆਂ ਦੇ ਵਿੱਚ ਆਉਣਾ, ਉਹ ਚੀਜ਼ ਅਲੱਗ ਹੈ ਜੀ। ਲੋਕ ਔਫਰ ਕਰਦੇ ਆ ਬਾਈ ਪੈਸਾ, ਔਫਰ ਕਰਦੇ ਆ ਕਿ ਚੰਨੀ ਐਵੇਂ ਕਰ ਸਾਡੀ ਇਹ ਚੀਜ਼ ਨੂੰ ਪ੍ਰਮੋਟ ਕਰ, ਆਪੇ ਤੁਹਾਨੂੰ ਇੰਨਾ ਪੈਸਾ ਦੇਵਾਂਗੇ? ਬਹੁਤ ਕਰਦੇ ਆ ਜੀ, ਇੱਦਾਂ ਹੁੰਦੇ ਵੀ ਆ, ਮੈਂ ਪ੍ਰਮੋਟ ਕਰਦਾ, ਪ੍ਰਮੋਸ਼ਨ ਕਰਦਾ ਵੀ ਹਾਂ ਸੋਰੀ, ਅਤੇ ਮਤਲਬ ਕਿ ਔਫਰ ਵੀ ਆ ਰਹੇ ਨੇ, ਮੈਂ ਉਸ ਹਿਸਾਬ ਨਾਲ ਥੋੜ੍ਹਾ ਮੋਟਾ ਜਿੰਨਾ ਹੁੰਦਾ ਕਰ ਸਕਦਾ। ਚੰਨੀ ਹੁਣ ਕਿੰਨਾ ਕੁ ਮਤਲਬ ਕਿ ਕਿੰਨਾ ਕੁ ਮਹੀਨੇ ਮਹੀਨਾ ਜੇ ਆਪਾਂ ਅੰਦਾਜ਼ਾ ਲਾਈਏ ਵੀਡੀਓ ਤਾਂ ਤੁਹਾਨੂੰ ਕਿੰਨਾ ਕੁ ਚੰਨੀ ਨੂੰ ਬਚ ਜਾਂਦਾ ਆ, ਚੰਨੀ ਕਿੰਨਾ ਕਮਾ ਲੈਂਦਾ ਆ? ਮੈਨੂੰ ਬੜਾ ਜਿਹਾ ਗੱਲ ਉਹ ਨਹੀਂ ਗੁਜ਼ਾਰਾ ਹੋ ਜਾਂਦਾ ਬਸ, ਉਹ ਇੰਨਾ ਲੰਮਾ ਜੋੜਾ ਜਿੱਥੇ ਰੱਬ ਰੱਖੇ ਰਹਿਣਾ ਪੈਂਦਾ ਜੀ, ਆਪਣਾ ਬਾਹਲਾ ਲੰਮਾ ਜੋੜਾ ਹੱਥ ਪਾਉਣ ਦੀ ਉਹ ਦਾਲ ਫੁਲਕਾ ਵਧੀਆ ਚੱਲ ਜਾਂਦਾ। ਹਾਂ ਵਧੀਆ ਚੱਲ ਜਾਂਦਾ, ਆਪਾਂ ਖੁਸ਼ ਹੋ ਜਾਈਦਾ ਬਸ, ਹੋਰ ਕੀ। ਮਾਤਾ ਹੋਰੀ ਸ਼ੁਕਰ। ਹਾਂਜੀ, ਰੂਹ ਖੁਸ਼ ਹੋਣੀ ਚਾਹੀਦੀ ਆ, ਇਹ ਮੈਨੂੰ ਸਮਝ ਰਿਹਾ ਗੱਲ, ਰੂਹ ਨਾ ਤੜਫਾਓ, ਰੂਹ ਖੁਸ਼ ਹੋਣੀ ਚਾਹੀਦੀ, ਰੂਹ ਸਾਡੀ ਥੋੜ੍ਹੀ ਜਿਹੀ ਖੁਸ਼ੀ 'ਚ ਖੁਸ਼ ਹੋ ਜਾਂਦੀ। ਚੰਨੀ ਵਾਸਤੇ ਸ਼ਾਂਤੀ ਅਤੇ ਸਕੂਨ ਕੀ ਆ? ਸਬਰ ਸਬਰ ਕੀ ਹੈ ਅਤੇ ਸਕੂਨ ਅਤੇ ਸ਼ਾਂਤੀ ਚੰਨੀ ਵਾਸਤੇ ਕੀ ਹੈ? ਨਹੀਂ ਇੰਨਾ ਤਾਂ ਮੈਂ ਹਜੇ ਬੱਚਾ ਹੀ ਹਾਂ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸਟਾਰਟਿੰਗ 'ਚ, ਮੈਨੂੰ ਇੰਨਾ ਚੀਜ਼ਾਂ ਦਾ ਨਹੀਂ ਪਤਾ ਕਿ। ਨਹੀਂ ਮੇਰੇ ਸਕੂਨ ਕਿੱਥੇ ਮਿਲਦਾ ਤੁਹਾਨੂੰ, ਤੁਹਾਨੂੰ ਸ਼ਾਂਤੀ ਕਿੱਥੇ ਮਿਲਦੀ ਆ? ਸ਼ਾਂਤੀ ਬਸ ਕਿਰਦਾਰ ਵਧੀਆ ਕਰਕੇ, ਚਾਹੇ ਉਹ 20 ਸਕਿੰਟ ਦਾ ਹੋਵੇ, 1 ਮਿੰਟ ਦਾ ਹੋਵੇ, ਬਸ ਉਹ ਕਰ, ਮਤਲਬ ਕਿ ਐਂ ਪੋਸਟ ਹੋ ਜਾਵੇ। ਇੱਕ ਗੱਲ ਹੋਰ ਆ, ਜਿੰਨਾ ਚਿਰ ਮੇਰੀ ਨਿਗਾਹ 'ਚ ਵੀਡੀਓ 100% ਸ਼ੋਅ ਨਹੀਂ ਹੁੰਦੀ, ਮੈਂ ਉਹਨਾਂ ਪੋਸਟ ਹੀ ਨਹੀਂ ਕਰਦਾ ਗਾ, ਚਾਹੇ ਉਹ 'ਤੇ ਮੈਂ 4, 5, 10 ਵਾਰੀ ਕੰਮ ਕਰਾਂ, ਇਹਨਾਂ ਜਰੀਰ ਮੇਰੇ 'ਤੇ ਮੈਨੂੰ ਇੱਦਾਂ ਹੁੰਦਾ ਵੀ ਇਹ ਮੇਰੀ ਨਿਗਾਹ 'ਚ ਅਜੇ ਪਾਸ ਨਹੀਂ ਹੈਗੀ, ਮੈਂ ਪੋਸਟ ਨਹੀਂ ਕਰਦਾ ਗਾ। ਜਦੋਂ ਪੋਸਟ ਕਰਦੇ ਨਾ ਫਿਰ ਲੋਕ ਢੇਰ ਸਾਰਾ ਪਿਆਰ ਵੀ ਦਿੰਦੇ ਆ ਵੀ ਚੱਕ ਚੰਨੀਆ ਤੇਰਾ ਹੀ ਆ। ਨਹੀਂ ਬਾਈ, ਮੈਨੂੰ ਐਂ ਲੱਗਦਾ ਕਿ ਤੁਹਾਡੇ ਚਿਹਰੇ 'ਤੇ ਨਾ ਬਾਈ ਬੜੀ ਮਾਸੂਮੀਅਤ ਆ, ਬੜਾ ਬੜੀ ਤੁਹਾਡੇ ਰੱਬ ਦੀ ਮਿਹਰ ਆ ਬਾਈ। ਮੈਂ ਚਾਹੁੰਦਾ ਕਿ ਤੁਸੀਂ ਜ਼ਿੰਦਗੀ 'ਚ ਖੂਬ ਕਾਮਯਾਬ ਹੋਵੋ, ਇੰਨੇ ਕਾਮਯਾਬ ਹੋਵੋ ਕਿ ਤੁਹਾਨੂੰ ਕਦੀ ਵੀ ਕਿਸੇ ਨੂੰ ਇਹ ਕਹਿਣ ਦੀ ਲੋੜ ਨਾ ਪਵੇ ਕਿ ਮੈਨੂੰ ਕੰਮ ਦਿਓ। ਕੰਮ ਮੰਗਣਾ ਚਾਹੀਦਾ ਹੈ ਨਾ, ਪਰ ਮੈਂ ਜ਼ਰੂਰ ਚਾਹੂੰਗਾ ਕਿ ਜ਼ਿੰਦਗੀ 'ਚ ਇੰਨੇ ਕਾਮਯਾਬ ਹੋਵੋ ਕਿ ਲੋਕ ਤੁਹਾਡੇ ਸਲਾਮ ਕਰਨ। ਮੈਨੂੰ ਨਾ ਅਕਸਰ ਕਹਿੰਦੇ ਰਹਿੰਦੇ ਨੇ ਮੈਂ ਵੀ ਤੁਹਾਡੀ ਦਿਲਜੀਤ ਨਾਲ ਫਿਲਮ ਆਵੇ ਕਿਸੇ ਫਲਾਣੇ ਨਾਲ, ਮੈਂ ਇੱਦਾਂ ਨਹੀਂ, ਸਾਰੇ ਵਧੀਆ ਨੇ ਆਲਮੋਸਟ, ਮਤਲਬ ਕਿ ਵੱਡੇ ਆਰਟਿਸਟ ਨੇ, ਮੈਨੂੰ ਇੱਦਾਂ ਵਾ, ਮੈਨੂੰ ਐਂ ਨਹੀਂ ਗਾ ਵੀ ਮੈਂ ਉਹਦੇ ਨਾਲ ਫਿਲਮ ਆਊਗਾ, ਮੈਨੂੰ ਐਂ ਵੀ ਮੇਰਾ ਕੰਮ ਵਧੀਆ ਨਿਕਲ ਕੇ ਆਵੇ, ਹੈ ਨਾ ਜੀ। ਚਾਹੇ ਜੋ ਵੀ ਆਰਟਿਸਟ ਆ, ਛੋਟਾ ਚਾਹੇ ਵੱਡਾ, ਬਸ ਆਪਣੇ ਕੰਮ 'ਤੇ ਫੋਕਸ ਕਰੋ, ਮੇਰਾ ਕੰਮ ਵਧੀਆ ਨਿਕਲ ਕੇ ਆਵੇ। ਇੱਦਾਂ ਨਹੀਂ ਆਏਗਾ ਵੀ ਉਹ ਫਲਾਣੇ ਨਾਲ ਸਿੰਗਰ ਨਾਲ ਫਿਲਮ ਕਰਨੀ ਆ, ਫਲਾਣੇ ਐਕਟਰ ਨਾਲ ਫਿਲਮ ਕਰਨੀ, ਉਹ ਇੱਦਾਂ ਦਾ ਕੁਛ ਨਹੀਂ ਆਇਆ। ਮੈਂ ਇੱਕ ਚੀਜ਼ ਦੇਖੀ ਆ, ਮੈਂ ਕਿਹਾ ਵੀ ਨਾ ਦਲਜੀਤ ਦੀ ਜਦੋਂ ਆਊਟਫਿਟ ਪਾ ਕੇ ਤੁਸੀਂ ਜਦੋਂ ਤੁਰਦੇ ਹੋ, ਜਿਹੜੀ ਉਹ ਰੀਲਾਂ ਬਣਾਈਆਂ ਬਈ, ਉਹ ਕਹਿਣ ਸੀਗੇ ਲੋਕਾਂ ਨੇ ਕੀ ਰੀਐਕਟ ਦਿੱਤਾ? ਇੱਦਾਂ ਨਹੀਂ, ਬਹੁਤ ਬਹੁਤ ਚੰਗਾ, ਮਤਲਬ ਕਿ ਉਹ ਅੱਛਾ ਸੀਗਾ, ਮਤਲਬ ਕਿ ਬਹੁਤ ਪਿਆਰ ਦਿੱਤਾ ਉਹ, ਐਂ ਨਹੀਂ ਕਹੋ, ਮੈਂ ਕਮੈਂਟ ਮਤਲਬ ਕਿ 1000-1500 ਕਮੈਂਟ ਇੱਦਾਂ ਹੀ ਹੋ ਜਾਂਦਾ ਸੀਗਾ, ਉਹਦੇ ਵਿੱਚ ਕਦੇ ਇੱਦਾਂ ਨਹੀਂ ਲੱਗਿਆ ਗਾ ਵੀ ਲੋਕਾਂ ਨੇ ਗਾਲਾਂ ਕੱਢਦੀਆਂ ਜਾਂ ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਫਲਾਨਾ ਹੋ ਗਿਆ, ਇੰਨਾ ਲੋਕ ਮਤਲਬ ਕਿ ਖੁਸ਼ ਕੀਤਾ ਉਹ। ਇਸ ਤੋਂ ਬਾਅਦ ਕਿ ਮੈਂ ਹੋਰ ਵਧੀਆ ਕਰ ਕਰਕੇ ਦਿਖਾਉਣੀਆਂ ਚੀਜ਼ਾਂ ਜੀ। ਹਾਂਜੀ ਹਾਂਜੀ, ਨਹੀਂ ਬਾਈ, ਥੈਂਕ ਯੂ ਬਾਈ, ਆਪਾਂ ਹੁਣ ਜਲਦੀ ਮੁਲਾਕਾਤ ਹੋਰ ਕਰਦੇ ਹਾਂ, ਚੰਨੀ ਨੂੰ ਹੋਰ ਨਜ਼ਾਰੇਦਾਰ ਸੁਣਦੇ ਹਾਂ। ਹਾਂਜੀ ਹਾਂਜੀ, ਥੈਂਕ ਯੂ ਬਾਈ, ਥੈਂਕ ਯੂ ਸੋ ਮਚ।